ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਸੰਧੂ ਜਲਾਲਾਬਾਦ ਵਾਲਾ ਤੇ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਫੋਲੋਇੰਗ ਕਰਿਆ ਬਈ ਉਹ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੀ ਦੋਸਤੋ ਮੈਂ ਤੁਹਾਡੇ ਨਾਲ ਅੱਜ ਗੱਲ ਕਰਨੀ ਹੈ ਉਹ ਗੱਲ ਐ ਮੈਂ ਕਰਨੀ ਮੈਂ ਵੈਸੇ ਕਿਸੇ ਦੀ ਜਾਤ ਪਾਤ ਨਾਲ ਬਾਰੇ ਗੱਲ ਨਹੀਂ ਕਰਨੀ ਮੈਂ ਗੱਲ ਆਪਣੇ ਹੀ ਮੰਨ ਲਓ ਜੀਵਿਦਰ ਭਰਾਵਾਂ ਲਈ ਕਰਨੀ ਐ ਮੈਂ ਨਾ ਅਕਸਰ ਬਹੁਤ ਲੋਕਾਂ ਦੇ ਮੂੰਹ ਚੋਂ ਇਹ ਗੱਲ ਸੁਣੀ ਵੀ ਜੱਟ ਫੁਕਰੇ ਹੁੰਦੇ ਨੇ ਤਾਂ ਮਾਰਦੇ ਨੇ ਤਾਂ ਮੈਂ ਉਹਨਾਂ ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਬਾਈ ਅਸੀਂ ਉਦੋਂ ਮਰਦੇ ਆ ਜਦੋਂ ਸਾਡੀਆਂ ਫਸਲਾਂ ਮਰ ਜਾਂਦੀਆਂ ਕਿਉਂਕਿ ਜਦੋਂ ਪੁੱਤਾਂ ਵਾਂਗੂ ਪਾਲੀ ਫਸਲ ਤੇ ਰੱਬ ਕੈਰਵਾਨ ਹੋ ਕੇ ਆ ਕੇ ਗੜੇ ਸਿੱਟ ਜਾਂਦਾ ਨਾ ਬਾਈ ਉਦੋਂ ਕੀ ਕੀ ਸਾਡੇ ਤੇ ਬੀਤਦੀ ਐ ਇਹ ਸਿਰਫ ਇੱਕ ਜ਼ਿਮੀਂਦਾਰ ਬੰਦਾ ਹੀ ਜਾਣ ਸਕਦਾ ਕਿਉਂਕਿ ਮੈਂ ਜੱਟਾਂ ਦਾ ਨਾਂ ਤਾਂ ਲੈਣਾ ਕਿਉਂਕਿ ਜਾਦੇ ਜੱਟ ਬਰਾਦਰੀ ਵਾਲੇ ਬੰਦੇ ਹੀ ਜ਼ਮੀਂਦਾਰਾ ਕਰਦੇ ਨੇ ਵੈਸੇ ਤਾਂ ਹੋਰ ਵੀ ਬਹੁਤ ਭਰਾ ਨਹੀਂ ਲਗਭਗ ਜਿਹੜੇ ਜ਼ਮੀਂਦਾਰਾ ਕਰਦੇ ਨੇ ਉਹ ਸਾਰੇ ਜਾਟੀ ਹੁੰਦੇ ਨੇ ਲਗਭਗ ਤਾਂ ਜ਼ਮੀਂਦਾਰ ਬੰਦਾ ਉਦੋਂ ਮਰਦਾ ਜਦੋਂ ਉਹਦੀ ਪੁੱਤਾਂ ਵਾਂਗੂ ਪਾਲੀ ਫਸਲ ਮਰ ਜਾਂਦੀ ਕਿਉਂਕਿ ਜਦੋਂ ਫਸਲ ਮਰ ਗਈ ਬਈ ਫਿਰ ਲਿਮਟਾਂ ਟੁੱਟ ਜਾਂਦੀਆਂ ਨੇ ਤੇ ਆੜਤੀਆ ਵੀ ਹੱਥ ਖੜੇ ਕਰ ਜਾਂਦਾ ਜ਼ਮੀਂਦਾਰ ਨੂੰ ਆਪ ਦੀਆਂ ਪਤਨੀ ਕਿੰਨੇ ਕੁ ਚਾਵਾਂ ਦਾ ਪਤਾ ਨਹੀਂ ਕਿੰਨੀਆਂ ਕਰੀਜਾਂ ਦਾ ਗਲ ਕੁੱਟਣਾ ਪੈਂਦਾ ਜਦੋਂ ਸਾਰੇ ਰੀਜਾਂ ਚਾਵਾ ਦਾ ਗਲ ਘੁੱਟ ਕੇ ਉਹ ਫਿਰ ਵੀ ਮੰਨ ਲੋ ਉਸ ਰੱਬ ਦੇ ਭਾਣੇ ਨੂੰ ਹੱਸ ਕੇ ਮੰਨ ਲੈਂਦਾ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਐਤ ਕੀ ਨਹੀਂ ਤੇ ਗਾਂ ਸਹੀ ਤੇ ਜ਼ਿਮੀਂਦਾਰ ਬੰਦਾ ਵੀ ਮਰਦਾ ਕਿਵੇਂ ਆ ਜਦੋਂ ਬਈ ਮੰਨ ਲੋ ਇੱਕ ਫਸਲ ਤੇ ਖਰਚਾ ਲਾ ਕੇ ਆੜਤੀਏ ਤੋਂ ਮੰਗ ਤੰਗ ਕੇ ਜਾਂ ਲਿਮਿਟਾਂ 'ਚੋਂ ਪੈਸੇ ਚੱਕ ਕੇ ਇੱਕ ਫਸਲ ਨੂੰ ਤਿਆਰ ਕਰਦੇ ਆ ਤੇ ਜਦੋਂ ਬਈ ਉਹ ਜਮਾ ਪੱਕ ਕੇ ਤਿਆਰ ਹੋ ਜਾਂਦੀ ਹੈ ਜਦੋਂ ਵੱਢਣ ਵਾਲੀ ਹੁੰਦੀ ਆ ਉਦੋਂ ਰੱਬ ਕਿਸੇ ਪਾਸੇ ਚੜ ਕੇ ਆ ਜਾਂਦਾ ਗੜੇ ਸਿੱਟ ਜਾਂਦਾ ਜਾਂ ਮੀਂਹ ਹੱਦੋਂ ਬਾਹਲਾ ਪੈ ਜਾਂਦਾ ਤੇ ਫਸਲ ਸਾਰੀ ਮਾਰੀ ਜਾਂਦੀ ਜਦੋਂ ਬਈ ਫਸਲ ਹੀ ਮਰ ਗਈ ਜਦੋਂ ਕੱਖ ਖਾਣ ਨੂੰ ਹੋਇਆ ਇਹਨਾਂ ਦਾ ਪੈਸੇ ਕਿੱਥੋਂ ਆਉਣਗੇ ਫਿਰ ਫਿਰ ਲਿਮਟ ਹੋਰ ਚੱਕ ਲਾਂਗੇ ਫਿਰ ਆਰਤੀਆਂ ਤੋਂ ਮੰਤਰ ਲਾ ਕਰਕੇ ਹੋਰ ਫੜ ਲਾਂਗੇ ਤੇ ਜਦੋਂ ਅਗਲੀ ਫਸਲ ਤੇ ਖਰਚਾ ਲਾ ਕੇ ਉਹਨੂੰ ਤਿਆਰ ਕਰ ਲੈਨੇ ਆ ਉਦੋਂ ਕੁਦਰਤ ਦਾ ਫਿਰ ਕੋਈ ਬਾਣਾ ਵਾਪਰ ਜਾਂਦਾ ਹੈ ਤਾਂ ਫਿਰ ਵੀ ਲਿਮਟਾਂ ਟੁੱਟਣਗੀਆਂ ਕਿਉਂਕਿ ਲਿਮਟਾਂ ਦੀ ਨਾ ਤਾਂ ਵਿਆਜ ਰੋਕਦੀ ਐ ਨਾ ਹੀ ਆਰਤੀ ਦੀ ਬਹੀ ਚੋਂ ਵਿਆਜ ਰੋਕਦੀ ਐ ਵਿਆਜ ਤਾਂ ਦਿਨ ਰਾਤ ਹੀ ਚੱਲੇ ਜਾਂਦੀ ਐ ਜਦੋਂ ਇੱਕ ਫਸਲ ਮਰ ਜੇ ਤਾਂ ਜ਼ਿਮੀਂਦਾਰ ਚੱਲ ਫਿਰ ਵੀ ਵਿਚਾਰਾ ਔਖਾ ਸੌਖਾ ਸਹਾਰ ਲੈਂਦਾ ਪਰ ਜਦੋਂ ਲਗਾਤਾਰ ਦੋ ਫਸਲਾਂ ਮਰ ਜਾਣ ਫਿਰ ਜ਼ਿਮੀਂਦਾਰ ਦਾ ਲੱਕ ਟੁੱਟ ਜਾਂਦਾ ਕਿਉਂਕਿ ਫਿਰ ਤਾਂ ਕਰੀ ਰੋਟੀ ਖਾਣ ਨੂੰ ਹੀ ਖਾਣੀ ਬੜੀ ਔਖੀ ਹੋ ਜਾਂਦੀ ਹੈ ਤੇ ਲਿਮਟਾਂ ਦਾ ਕਿੱਥੋਂ ਪਰ ਲਾਂਗੇ ਕਿੱਥੋਂ ਆੜਤੀਆਂ ਨੇ ਆ ਪੈਸੇ ਆੜਤੀਆਂ ਨੂੰ ਮੋੜ ਦਾਂਗੇ ਕਿੱਥੋਂ ਵਿਆਜਾਂ ਪਰ ਲਾਂਗੇ ਪਰ ਉਸ ਤੋਂ ਬਾਅਦ ਹੋਰ ਸਾਡੇ ਨਾਲ ਕੀ ਕੀ ਵਾਪਰਦਾ ਹੈ ਬਈ ਅੱਜ ਕਰ ਘਰ ਘਰ ਬਿਮਾਰੀਆਂ ਨੇ ਕਿਸੇ ਦੀ ਮਾਂ ਨੂੰ ਕੈਂਸਰ ਹੈ ਕਿਸੇ ਦੇ ਪਿਓ ਨੂੰ ਕੈਂਸਰ ਹੈ ਕਿਸੇ ਨੂੰ ਕਿਹੜੀ ਬਿਮਾਰੀ ਹੈ ਕਿਸੇ ਨੂੰ ਕਿਹੜੀ ਬਿਮਾਰੀ ਹੈ ਤੇ ਰੱਬ ਨਾ ਕਰੇ ਕਿਸੇ ਘਰ ਇਹੋ ਜਿਹੀ ਪਿਆਣਕ ਬਿਮਾਰੀ ਨਾ ਵੜੇ ਰਾ ਬਗਰੇ ਇਹ ਵਜ੍ਹਾ ਕਦੀ ਕੁਛ ਨਾ ਹੋਵੇ ਪਰ ਜਦੋਂ ਇਹੋ ਜੀ ਬਿਮਾਰੀ ਕਿਸਦੇ ਘਰੇ ਵੜ ਜਾਂਦੀ ਆ ਤਾਂ ਬਾਈ ਸਾਰੇ ਹੱਦਾਂ ਬੰਨੇ ਮੁੰਦਾ ਟੱਪ ਜਾਂਦਾ ਜਿੱਥੋਂ ਵੀ ਬੰਦੇ ਨੂੰ ਕਰਜ਼ਾ ਮਿਲਦਾ ਬੰਦਾ ਲੈ ਲੈਂਦਾ ਜਿੱਥੋਂ ਪੈਸੇ ਮਿਲਦੇ ਬੰਦਾ ਮੰਗ ਕੇ ਉਧਾਰੀ ਉਸਦਾਰੇ ਲੈਂਦੇ ਬੰਦੇ ਨੂੰ ਐ ਹੁੰਦਾ ਚੱਲੇ ਯਾਰ ਕਰਦਾ ਜੀ ਬਚ ਜੇ ਔਖੇ ਸੌਕੇ ਹੋ ਕੇ ਜਾਂ ਕੱਲ ਨੂੰ ਜੇ ਕਦਾ ਕਿਲਾ ਵੇਚਣਾ ਪਿਆ ਉਹ ਵੇਚ ਕੇ ਪੈਸੇ ਲਾ ਦੇਾਂਗੇ ਜਾਂ ਬੰਦੇ ਨੂੰ ਇਹ ਆਸ ਹੁੰਦੀ ਹੈ ਜਲੇਰ ਬੰਦਾ ਫਸਲ ਵਾੜ ਲਾਂਗੇ ਫਸਲ ਵਾੜ ਕੇ ਪੈਸੇ ਪਰਦੇ ਆਂਗੇ ਪਰ ਜਦੋਂ ਫਸਲ ਮਾਰੀ ਜਾਵੇ ਜਾਂ ਘਰ ਚ ਬਿਮਾਰੀ ਸਮਾਰੀ ਵੜ ਜੇ ਤਾਂ ਫਿਰ ਜ਼ਿਮੀਂਦਾਰ ਦਾ ਸਾਰਾ ਸਰਕਲ ਹਲੇ ਜਾਂਦਾ ਕਿਉਂਕਿ ਜ਼ਿਮੀਂਦਾਰ ਇੱਕ ਇਹੋ ਜੀ ਚੀਜ਼ ਹੈ ਕਿ ਸਾਡੇ ਜਿਹੜਾ ਮੰਨ ਲਓ ਫਸਲਾਂ ਨੇ ਖੁੱਲੇ ਅਸਮਾਨ ਥੱਲੇ ਪਈਆਂ ਹੁੰਦੀਆਂ ਨੇ ਕਦੋਂ ਕਿਹੜਾ ਪਾਣਾ ਵਾਪਰ ਜਾਣਾ ਕਿਹੜੇ ਪਾਸੇ ਉਹ ਅੱਗ ਲੱਗ ਜਾਣੀ ਹੈ ਕਦੋਂ ਗੜੇ ਪੈ ਜਾਣੇ ਕਦੋਂ ਮੀਂਹ ਪੈ ਜਾਣਾ ਇਸ ਚੀਜ਼ ਦਾ ਕੋਈ ਪਤਾ ਨਹੀਂ ਹੁੰਦਾ ਨਾ ਹੀ ਕੋਈ ਫਸਲਾਂ ਦੇ ਕੋਈ ਬੀਮਾ ਹੁੰਦਾ ਨਾ ਕੁਝ ਹੋਰ ਹੁੰਦਾ 6 ਮਹੀਨੇ ਪਿੱਛੋਂ ਫਸਲ ਜ਼ਿਮੀਂਦਾਰ ਦੇ ਘਰ ਆਉਣੀ ਹੁੰਦੀ ਹੈ ਉਹਦੇ ਚੋ ਲਿਮਟਾਂ ਦੀ ਵਿਆਜਾਂ ਭਰਨੀਆਂ ਹੁੰਦੀਆਂ ਨੇ ਲਿਮਟਾਂ ਹੀ ਭਰਨੀਆਂ ਹੁੰਦੀਆਂ ਨੇ ਆਰਟੀਨ ਵੀ ਦੇਣੇ ਹੁੰਦੇ ਨੇ ਤੇ ਹੋਰ ਵੀ ਖਰਚਾ ਮਤਲਬ ਬਹੁਤ ਖਰਚੇ ਹੁੰਦੇ ਨੇ ਕਹਿਣ ਦਾ ਮਤਲਬ ਇਹ ਹੈ ਕਿ ਜ਼ਿਮੀਂਦਾਰ ਬੰਦਾ ਕਦੇ ਕਦੇ ਵੀ ਆਪ ਦੀ ਜ਼ਿੰਦਗੀ ਨੂੰ ਖੁੱਲ੍ਹ ਕੇ ਨਹੀਂ ਜਿਉਂਦਾ ਬਾਲੇ ਪਿੰਡਾਂ ਦੇ ਜ਼ਿਮੀਂਦਾਰ ਇਹੋ ਜਿਹੇ ਪਰਿਵਾਰ ਮੈਂ ਦੇਖੇ ਆ ਮੈਂ ਵੀ ਉਹਨਾਂ ਪਰਿਵਾਰਾਂ ਦੇ ਵਿੱਚੋਂ ਹੀ ਆਉਨਾ ਬਾਲੇ ਪਰਿਵਾਰ ਮੀਡਲ ਕਲਾਸ ਨੇ ਤੇ ਜ਼ਿਮੀਂਦਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਚਲੋ ਮੁੰਡੇ-ਕੁੰਡੇ ਤਾਂ ਸ਼ਿਮਲੇ ਬਨਾਲੀ ਦੇ ਘੁੰਮ ਕੇ ਆਉਂਦੇ ਆ ਜਾਂਦੇ ਹੋਣਗੇ ਪਰ ਬਾਲੇ ਬੰਦੇ ਵਿਚਾਰੇ ਹਲੇ ਚੰਡੀਗੜ੍ਹ ਤੱਕ ਵੀ ਨਹੀਂ ਗਏ ਕਿਉਂ ਨਹੀਂ ਗਏ ਬਾਈ ਕਿਉਂਕਿ ਜ਼ਿਮੀਂਦਾਰੇ ਦੇ ਵਿੱਚ ਕੰਮ ਹੀ ਇੰਨਾ ਘੁੰਦਾ ਕਿ ਸਿਰ ਖੁਰਕਣ ਦੀ ਵੇਲ ਨਹੀਂ ਹੁੰਦੀ ਜੇ ਰਿਸ਼ਤੇਦਾਰੀ 'ਚ ਕਿਸੇ ਦੇ ਵਿਆਹ ਸ਼ਾਦੀ ਤੇ ਚਲੇ ਜਾਣਗੇ ਨਾ ਉੱਥੋਂ ਵੀ ਛਾ ਆਉਣ ਨੂੰ ਘਰੇ ਵਾਪਸ ਭੱਜ ਆਉਨੇ ਆ ਕਿ ਯਾਰ ਪਾਣੀ ਲਾਉਣਾ ਹੈ ਜਾਂ ਮੱਜਾਂ ਚੌਣੀਆਂ ਨੇ ਪੱਠੇ ਪਾਉਣੇ ਨੇ ਗੋਹਾ ਸਟਣਾ ਜ਼ਿਮੀਂਦਾਰਾਂ ਨੂੰ ਵੀ ਬਹੁਤ ਕੰਮ ਹੁੰਦੇ ਮੰਨ ਲਓ ਮਿੱਟੀ ਦੇ ਨਾਲ ਹਰ ਟਾਈਮ ਮਿੱਟੀ ਹੋਏ ਹੋਏ ਰਹਿੰਦੇ ਆ ਨੌਂਾਂ ਦੇ ਵਿੱਚ ਸਾਡੇ ਪੱਠਿਆਂ ਦਾ ਹਰਾ ਫਸਿਆ ਰਹਿੰਦਾ ਤੇ ਸਿਰ ਤੇ ਗੋਡਾ ਗੋਡੇ ਗੋਡੇ ਕਰਜਾ ਹੁੰਦਾ ਕੁੱਲ ਮਿਲਾ ਕੇ ਜ਼ਿਮੀਂਦਾਰ ਦੀ ਜ਼ਿੰਦਗੀ ਇੱਕ ਦਰਦ ਭਰੀ ਜ਼ਿੰਦਗੀ ਹੁੰਦੀ ਹੈ ਤਾਂ ਫਿਰ ਵੀ ਉਹ ਕਿਸੇ ਨੂੰ ਇਹ ਗੱਲ ਮਹਿਸੂਸ ਨਹੀਂ ਹੁੰਦਾ ਕਿ ਉਹਦੇ ਅੰਦਰ ਕਿੰਨਾ ਕੁ ਦਰਦ ਹੈ ਕਿੰਨਾ ਕੁ ਦੁੱਖ ਹੈ ਕਿੰਨੀਆਂ ਕੋ ਟੈਨਸ਼ਨਾਂ ਦਿਮਾਗ ਤੇ ਲੈ ਕੇ ਤੁਰਿਆ ਫਿਰਦਾ ਹੈ ਫਿਰ ਵੀ ਉਹ ਦੇਖਣ ਵਾਲੇ ਨੂੰ ਚੜ੍ਹ ਨਹੀਂ ਕਲਾਜੀ ਦਿਖਦਾ ਸਭ ਤੋਂ ਵੱਡੀ ਜ਼ਿੰਮੇਵਾਰ ਨੂੰ ਮਾਰ ਉੱਥੇ ਪੈਂਦੀ ਹੈ ਜਦੋਂ ਅਸੀਂ ਫਸਲ ਮੰਡੀ ਚ ਲੈ ਕੇ ਜਾਂਦੇ ਹਾਂ ਜੇ ਅਸੀਂ ਮੰਨ ਲਓ ਰੇਹਾਂ ਸਪਰਿਆਂ ਲਿਆਉਣੇ ਆ ਜਾਂ ਬੀ ਲਿਆਉਣੇ ਆ ਉਦੋਂ ਵੀ ਮੁੱਲ ਦੁਕਾਨਦਾਰ ਆਪਦੇ ਮੂੰਹ ਕਹਿ ਕੇ ਲਾ ਲੈਂਦੇ ਆ ਜ਼ਿੰਮੇਵਾਰ ਉੱਥੇ ਵੀ ਕੁਝ ਨਹੀਂ ਬੋਲਣ ਜੋਗਾ ਜੇ ਅਸੀਂ ਫਸਲ ਵੇਚਣ ਜਾਣੀ ਆ ਤਾਂ ਸਾਡੀਆਂ ਫਸਲਾਂ ਦਾ ਮੁੱਲ ਵੀ ਖਰੀਦਣ ਵਾਲਾ ਤੈਅ ਕਰਦਾ ਵੀ ਅਸੀਂ ਕਿਹੜੇ ਰੇਟ ਤੇ ਲੈਣੀ ਹੈ। ਉਦੋਂ ਵੀ ਜ਼ਿਮੀਂਦਾਰ ਵਿਚਾਰਾ ਕੁਝ ਨਹੀਂ ਕਰ ਸਕਦਾ। ਚਾਹੇ ਉਹ ਕਾਡੀਆਂ ਦੇ ਪਾਹ ਲੈ ਜਾਣਾ, ਚਾਹੇ ਉਹ ਹੀਰਿਆਂ ਦੇ ਪਾਹ ਲੈ ਜਾਣਾ, ਸਾਨੂੰ ਤਾਂ ਵੀ ਵੇਚ ਨਹੀਂ ਪੈਂਦੀ ਐ। ਨਾ ਵੇਚਾਂਗੇ ਤਾਂ ਕਿੱਥੋਂ ਖਾਵਾਂਗੇ? ਕਿੱਥੋਂ ਬੱਚਿਆਂ ਦੇ ਫੀਸਾਂ ਭਰ ਲਾਂਗੇ? ਕਿੱਥੋਂ ਮਾਂ ਦਾ ਇਲਾਜ ਕਰਾਵਾਂਗੇ, ਕਿੱਥੋਂ ਪਿਓ ਦਾ ਇਲਾਜ ਕਰਾਵਾਂਗੇ? ਕਿਉਂਕਿ ਜ਼ਿਮੀਂਦਾਰ ਫਸਲ ਘਰੇ ਨਹੀਂ ਰੱਖ ਸਕਦਾ। ਫਿਰ ਵੀ ਗੱਲ ਦੁੱਧ ਤੇ ਆ ਗਈ, ਦੁੱਧ ਵੇਚਣ ਵੇਚ ਕੇ ਗੁਜ਼ਾਰਾ ਕਰਦੇ ਆਂ। ਦਾ ਦੁੱਧ ਦਾ ਮੁੱਲ ਵੀ ਵਪਾਰੀਆਂ ਵੱਲੋਂ ਹੀ ਤੈਅ ਹੁੰਦਾ ਜੀਮੀਦਾਰ ਕਦੇ ਵੀ ਇਹ ਗੱਲ ਕਹਿ ਕੇ ਨਹੀਂ ਮੰਨ ਲਓ ਦੁੱਧ ਵੇਚਦਾ ਕਿ ਮੈਂ ਤਾਂ ਐਨੇ ਰੁਪਈਆ ਤੋਂ ਘੱਟ ਲੀਟਰ ਦੇਣਾ ਹੀ ਨਹੀਂ ਦੁੱਧ ਤਾਂ ਜਿਹੜਾ ਦੁੱਧ ਪੈਦਾ ਹੁੰਦਾ ਵੀ ਉਹ ਦੱਸਦਾ ਤੁਹਾਨੂੰ ਕਿਵੇਂ ਪੈਦਾ ਹੁੰਦਾ ਜਦੋਂ ਸਵੇਰ ਲੋਕੀ ਉੱਠ ਕੇ ਐਨ ਸੈਰ ਸੂਰ ਕਰਨ ਨਿਕਲ ਜਾਂਦੇ ਨੇ ਠੀਕ ਹੈ ਬਈ ਤਾਂ ਉਦੋਂ ਤੜਕੇ 4 ਵਜੇ ਜਾਂ 5 ਵਜੇ ਉੱਠ ਕੇ ਜੀਮੀਦਾਰ ਰਬ ਦਾਣਾ ਲੈ ਕੇ ਹਨਾ ਜਾ ਕੇ ਡੰਗਰਾਂ ਦਾ ਗੋਹਾ ਚੱਕਣ ਲੱਗ ਜਾਂਦਾ ਡੰਗਰਾਂ ਦਾ ਗੋਹਾ ਚੱਕ ਕੇ ਫਿਰ ਧਾਰਾਂ ਤੂਰਾਂ ਕੱਢ ਕੇ ਬਈ ਉਸ ਤੋਂ ਬਾਅਦ ਵਿਚਾਰਾ ਖੇਤ ਪੱਠੇ ਲੈਣ ਜਾਵਣਦਾ ਪੱਠੇ ਲੈ ਕੇ ਆਉਂਦਾ ਆ ਕੇ ਉਹਨਾਂ ਨੂੰ ਖੁੱਤਰ ਦਿੰਦਾ ਫਿਰ ਜਿਹੜੇ ਦੋ ਫੁਲਕੇ ਘਰੇ ਬਣੇ ਹੁੰਦੇ ਵੀ ਉਹ ਖਾ ਲੈਂਦਾ ਵਿਚਾਰਾ ਖਾ ਕੇ ਦੋ ਘੜੀਆਂ ਆਰਾਮ ਕਰਦਾ ਜਿਉਂ ਜਿਉਂ ਦੁਪਹਿਰ ਦਾ ਟਾਈਮ ਹੋਏ ਤਾਂ ਡੰਗਰਾਂ ਨੂੰ ਨੀਰਾ ਪੱਠਾ ਪਾ ਕੇ ਫਿਰ ਡੰਗਰਾਂ ਨੂੰ ਮਰਨਾ ਪੈਂਦਾ ਤੇ ਛਾਉ ਨੂੰ ਫਿਰ ਡੰਗਰਾਂ ਨੂੰ ਧਾਰਾਂ ਕੱਢਣੀਆਂ ਪੈਂਦੀਆਂ ਨੇ ਛਾਉ ਨੂੰ ਫਿਰ ਉਹਨਾਂ ਦਾ ਗੋਹਾ ਚੱਕਣਾ ਪੈਂਦਾ ਕੁੱਲ ਮਿਲਾ ਕੇ ਇਹ ਕੀ ਡੰਗਰਾਂ ਦੇ ਨਾਲ ਡੰਗਰ ਹੋਣਾ ਪੈਂਦਾ ਮੈਂ ਅਕਸਰ ਆਪ ਦੀ ਜਨ ਕੀ ਜੇ ਦੇਖਿਆ ਕੀ ਹਨਾ ਆਪਣੇ ਪਿਓ ਦਾਦੇ ਜਾਂ ਤਾਇਆ ਚਾਚਿਆਂ ਦੀਆਂ ਵਿਚਾਰਿਆਂ ਦੀਆਂ ਅੱਡੀਆਂ ਪਾਟੀਆਂ ਹੁੰਦੀਆਂ ਨੇ ਨੋਹਾ ਦੇ ਵਿੱਚ ਹਰਾ ਹੁੰਦਾ ਤਾਂ ਜਿਹੜੇ ਭਰਾ ਇਹ ਗੱਲ ਕਹਿੰਦੇ ਆ ਨਾ ਕਿ ਜੱਟ ਫੁਕਰੇ ਹੁੰਦੇ ਉਹ ਤਾਂ ਮਰਦੇ ਨੇ ਨਹੀਂ ਉਹ ਭਰਾਵਾ ਅਸੀਂ ਉਦੋਂ ਮਰਦੇ ਆ ਜਦੋਂ ਸਾਡੀਆਂ ਫਸਲਾਂ ਮਾਰੀਆਂ ਜਾਂਦੀਆਂ ਜਦੋਂ ਜ਼ਿਮੀਦਾਰ ਜਮਾਂ ਬੇਵਸ ਹੋ ਜਾਂਦਾ ਕਿਸੇ ਪਾਸੇ ਉਹਨੂੰ ਕੁਝ ਨਹੀਂ ਦਿਸਦਾ ਜਦੋਂ ਆਪਦੇ ਬੱਚਿਆਂ ਦੇ ਚਾਵਾਵਾਂ ਦੇ ਗਲ ਘੁੱਟਿੰਦੇ ਦੇਖਦਾ ਬੱਚਿਆਂ ਦੇ ਰੀਜਾਂ ਨੂੰ ਆ ਵੀ ਅੱਖਾਂ ਸਾਹਮਣੇ ਮਰਦਿਆਂ ਦੇਖਦਾ ਤਾਂ ਫਿਰ ਉਹਦੇ ਕੋਲ ਸਿਰਫ ਦੋ ਹੀ ਚੀਜ਼ਾਂ ਬਚਦੀਆਂ ਨੇ ਵਿਚਾਰੇ ਕੋਲੇ ਇੱਕ ਮੋਨੋ ਤੇ ਦੂਜਾ ਰਸਾ ਬਈ ਮਰਨ ਨੂੰ ਕਿਸਦਾ ਜੀ ਨਹੀਂ ਕਰਦਾ ਪਰ ਘਰ ਦੀਆਂ ਮਜਬੂਰੀਆਂ ਮਜਬੂਰ ਕਰ ਦਿੰਦੀਆਂ ਨੇ ਮੱਦੇ ਨੂੰ ਮਰਨ ਦੇ ਪਰ ਮੈਂ ਫਿਰ ਵੀ ਪ੍ਰਭਾਵਾ ਜੀਮੇਦਾਰ ਪ੍ਰਭਾਵਾ ਨੂੰ ਹੱਥ ਜੋੜ ਕੇ ਕਹਿੰਨਾ ਕਿ ਪ੍ਰਭੂ ਮਰਨਾ ਕੋਈ ਹੱਲ ਨਹੀਂ ਜ਼ਿੰਦਗੀ ਦੇ ਨਾਲ ਲੜੋ ਲੜਨਾ ਹੀ ਜ਼ਿੰਦਗੀ ਹੈ ਤੇ ਜੇ ਮੇਰੀਆਂ ਗੱਲਾਂ ਬਾਤਾਂ ਨਾਲ ਕਿਸੇ ਪ੍ਰਭਾ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਬਈ ਮਾਫੀ ਚਾਹੁੰਨਾ ਇਹ ਮੇਰੇ ਦਿਲ ਦੇ ਜਜ਼ਬਾਤ ਸੀਗੇ ਜੋ ਮੈਂ ਅੱਖਾਂ ਨਾਲ ਦੇਖਿਆ ਜੋ ਮੈਂ ਆ ਉਹਦੇ ਪਿਓ ਦਾ ਦਿਨ ਉਹ ਹਣਣਾਉਂਦੇ ਨੂੰ ਦੇਖਿਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਤਾ ਵੀਡੀਓ ਤੁਹਾਨੂੰ ਚੰਗੀ ਲੱਗੀ ਜਾਂ ਮਾੜੀ ਲੱਗੀ ਭਾਈ ਇਹ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਇਸ ਬਾਰੇ ਪਰ ਜਿਹੜੀ ਮੈਂ ਗੱਲ ਵੀਡੀਓ ਦੇ ਵਿੱਚ ਕਹੀ ਹੈ ਇਹ ਬੜੇ ਜ਼ਿੰਮੇਵਾਰ ਪਰਿਵਾਰਾਂ ਦੇ ਘਰ ਦੀ ਸਟੋਰੀ ਹੈ ਬਾਕੀ ਜੇ ਕੋਈ ਗਲਤੀ ਹੋ ਗਈ ਤਾਂ ਭਾਈ ਮਾਫੀ ਚਾਹੁੰਦਾ